ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ। ਇੱਕ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਅੱਲਾ ਦੇ ਖਾਸ ਫਜ਼ਲੋ ਕਰਮ ਨਾਲ ਵੀਰਾਂ ਵਾਸਤੇ ਦੋ ਮੱਝਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੇ ਵਿੱਚ ਇੱਕ ਮੱਝ ਤਕਰੀਬਨ 7.5-8 ਮਹੀਨੇ ਦੀ ਗੱਭਣ ਹੈ ਔਰ ਇੱਕ ਮੱਝ 1.5-1.5 ਮਹੀਨੇ ਦੀ ਜਨਾਬ ਗੱਭ ਚੱਲਿਆ ਹੋਇਆ ਹੈ। ਬਾਕੀ ਰਹਿਣਾ ਨਾ ਰਹਿਣਾ ਇਹ ਨਸੀਬ ਹੈ। ਇਹ ਜਨਾਬ ਪਹਿਲੇ ਨੰਬਰ 'ਤੇ ਸਾਡੇ ਕੋਲ ਮੱਝ ਹੈ। ਮੁੱਛਾਂ ਮੱਗੀਆਂ ਨੇ, ਅੱਖਾਂ ਸਫੈਦ ਚਿੱਟੀਆਂ, ਮੱਥੇ ਤੋਂ ਬੋਲੀ ਸਿਰ ਝੋਟੀ ਨੂੰ ਕਤਰੀ ਕਤਰੀ ਪਿਓਰ ਨੀਲੀ ਦੀ, ਅੱਲਾ ਦੇ ਫਜ਼ਲੋ ਕਰਮ ਨਾਲ ਹਜ਼ਾਰਾਂ ਮਹੀਂ ਦੇ ਵਿੱਚੋਂ ਕਦੇ ਜਿਹੀਆਂ ਮਹੀਂ ਪੈਦਾ ਹੁੰਦੀਆਂ ਨੇ। ਮੈਂ ਦੇ ਹੈਵਾਨੇ ਉੱਤੇ ਸਫੈਦ ਨਿਸ਼ਾਨ ਹੈ, ਪਹਿਲਾ ਸੂਆ ਸੂਈ ਹੈ, ਦੂਸਰਾ ਹੁਣ ਇਹਨੇ ਸੁਣਿਆ ਹੈ। ਸਫੈਦ ਖੂਬਸੂਰਤ ਔਰ ਨਾਯਾਬ ਨੀਲੀ ਦੀ ਜਨਾਬ ਝੋਟੀ, ਅੱਲਾ ਦੇ ਫਜ਼ਲੋ ਕਰਮ ਨਾਲ ਝੋਟੀ ਦਾ ਬਾਡੀ ਸਟਰਕਚਰ ਚੈੱਕ ਕਰਨਾ ਹੈ। ਹੱਡੀ ਇੱਕ, ਟਾਕਾਂ ਖੁੱਡਾ ਪੁੱਠਾ ਪਿਛਲੇ ਪੈਰ ਧੋਤੇ ਹੋਏ ਔਰ ਜਨਾਬ ਝੋਟੀ ਐਡੀ ਬਰੀਕ ਔਰ ਨਫੀਸ ਹੈ ਕਿ ਜ਼ਮਾਨੇ ਵਿੱਚ ਨਹੀਂ। ਜਵਾਨ ਜਾਨਵਰ ਹੈ, ਡੇਢੀ ਵਾਲਾ ਥਣ ਲੱਗਿਆ, ਟਾਈਮ ਦਾ ਦੁੱਧ ਹੈਗਾ ਤਕਰੀਬਨ 1.5 ਸਿਰ ਥਣ ਪਾਸ ਕਰਾਉਂਦੀ ਹੈ। ਬਾਕੀ ਨਸੀਬ ਨੇ, ਗੱਭਣ ਰਹਿ ਜਾਏ ਨਾ ਰਵੇ ਇਹ ਨਸੀਬ ਨੇ, ਇਹਦੀ ਗਰੰਟੀ ਅਸੀਂ ਨਹੀਂ ਦਿੰਦੇ। ਮੈਂ ਪੂਰੀ ਬਲੈਤੀ ਨਾ ਹੋਵੇ, ਮੈਂ ਨੀਲੀ ਦੇ ਨਾ ਹੋਵੇ, ਅਸੀਂ ਇਸ ਗੱਲ ਦੇ ਦੇਣੇਦਾਰ ਹਾਂ। ਬਾਕੀ ਇਨਸ਼ਾਅੱਲਾ ਇਸ ਤਰ੍ਹਾਂ ਦੇ ਜਾਨਵਰ ਨੀਲੀ ਤੇ ਹਮੇਸ਼ਾ ਹੀ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਅੱਛੇ ਔਰ ਨਫੀਸ ਵੀਰਾਂ ਦੀ ਖੂਬਸੂਰਤੀ ਮੁਹੱਬਤ ਵਾਸਤੇ ਲੈ ਕੇ ਹਾਜ਼ਰ ਹੋਈਏ। ਝੋਟੀ ਦੀ ਕਲਾਸ ਚੈੱਕ ਕਰਨੀ ਹੈ, ਝੋਟੀ ਦਾ ਖਾਨਦਾਨ ਚੈੱਕ ਕਰਨਾ ਹੈ, ਝੋਟੀ ਦੀ ਨਸਲ ਚੈੱਕ ਕਰਨੀ ਹੈ ਔਰ ਇਹ ਜਨਾਬ ਪੂਰੀ ਨੀਲੀ ਦੀ ਔਰ ਪੂਰੀ ਬਲੈਤੀ ਹੈ। ਅੱਲਾ ਦੇ ਫਜ਼ਲੋ ਕਰਨ ਨਾਲ ਹਣ ਸੋਹਣਾ, ਝੋਟੀ ਨੂੰ ਨਸਲ ਚੰਗੀ, ਸਿਰ ਜਨਾਬ ਕਤਰੀ ਕਤਰੀ, ਇੱਕ ਹੱਡੀ ਪੁੱਠਾ ਚੌੜਾ, ਖੁੱਡਾ 1.5 ਫੁੱਟ ਦਾ ਔਰ ਮੂੰਹ ਦੀ ਬੜੀ ਸਭ ਅਸੀਲ, ਮਾਸ਼ਾਅੱਲਾ। ਥਣ ਚੈੱਕ ਕਰਨ ਜੀ, ਥਣ ਡੇਢੀ ਵਾਲਾ ਲਾਟੂ ਵਾਲਾ ਥਣ ਲੱਗਿਆ ਮੈਂ ਇਹਨੂੰ, ਮਾਸ਼ਾਅੱਲਾ ਬੜਾ ਨਾਯਾਬ ਮੂੰਹ ਦੀ ਪੋਲੀ ਹੈ, ਸੁਥਰਾ ਅਤੇ ਸੁੱਚਾ ਜਾਨਵਰ। ਅੱਲਾ ਦੇ ਫਜ਼ਲੋ ਕਰਨ ਨਾਲ ਇਨਸ਼ਾਅੱਲਾ ਬਿੱਲੀਆਂ ਅੱਖਾਂ ਸੇਮ, ਮੱਥੇ ਤੋਂ ਬੋਲੀ ਔਰ ਜਨਾਬ ਪਿਛਲੇ ਪੈਰ ਧੋਤੇ ਹੋਏ, ਬੜਾ ਖੂਬਸੂਰਤ ਜਿਸਾਮਤ ਔਰ ਨਹਾਇਤ ਆਲਾ। ਕੋਸੀ ਵਿਖਾ ਦੇਣੀ ਜੀ, ਕੈਮਰਾਮੈਨ ਸਾਹਿਬ ਬੰਦੇ ਨਾ ਆਖਣ ਯਾਰ ਮੈਂ ਬਿਮਾਰ ਸੀ ਜਾਂ ਕੋਈ ਇਹੋ ਜਿਹੀ ਗੱਲ ਸੀ। ਬਿਲਕੁਲ ਬਿਹਤਰੀਨ ਔਰ ਨਾਯਾਬ ਜਾਨਵਰ, ਸਿਹਤਮੰਦ, ਸੁਥਰਾ, ਰੇਟ ਇੰਤਹਾਈ ਮੁਨਾਸਿਬ, ਲੰਮੇ ਚੌੜੇ ਕੰਮ ਕੋਈ ਨਹੀਂ ਕਰਨੇ, ਪੱਕੇ ਜੇ ਮੁੱਲ ਕਰਨੇ ਨੇ ਜਿਹੜੇ ਅੱਜ ਕੱਲ੍ਹ ਚੱਲਦੇ ਪਏ ਨੇ ਨੀਲੀ ਤੇ ਬਾਹਰ ਤੇ। ਮੈਂ ਇਹਨੂੰ ਕਲਾਸ ਚੈੱਕ ਕਰਨੀ, ਮੈਂ ਨੰਬਰ 2 ਤੇ ਜਾ ਰਿਹਾ। ਮੱਝ ਨੰਬਰ 2 ਹੈ ਜੀ ਵੀਰਾਂ ਦੇ ਸਾਹਮਣੇ, ਬਰੀਕ ਪੂਰੀ ਹੈ, ਸੂਆ ਮੈਂ ਤੀਸਰਾ ਸੂਵੇਗੀ, ਮੈਂ ਤੀਸਰਾ ਸੂਆ ਸੂਵੇਗੀ। ਅੱਖਾਂ ਦੋਵੇਂ ਇਹਦੀਆਂ ਵੀ ਬਿੱਲੀਆਂ ਨੇ, ਸਿਰ ਦਾ ਕੁੱਡ ਉੱਚਾ ਹੈ ਔਰ ਮੈਂ ਸੂਆ ਤੀਸਰਾ ਸੂਵੇਗੀ। ਮੈਂ ਤਕਰੀਬਨ 7.5-8 ਮਹੀਨੇ ਦੀ ਗੱਭਣ ਹੈ, ਕੈਮਰੇ ਦੀ ਨਿਗਾਹ ਦੇ ਵਿੱਚ ਪੂਰੀਆਂ ਤਸੱਲੀਆਂ ਨੇ। ਜਿੰਨਾ ਦਿਲ ਤੇਰੇ ਉਹ ਆ ਕੇ ਮੈਂ ਉਹਨੂੰ ਚੈੱਕ ਕਰਾ ਲਵੇ, ਡਾਕਟਰ ਪਾਸ ਨਾ ਹੋਵੇ ਉੱਥੇ ਜਾ ਕੇ ਚੈੱਕ ਕਰਾ ਲਵੇ, 10-15 ਦਿਨ ਦਾ 12 ਦਿਨ ਦਾ ਵਾਧਾ ਘਾਟਾ ਹੋ ਸਕਦਾ ਹੈ, ਠੀਕ ਹੈ? ਕਿਉਂਕਿ ਇਹ ਸਮੁੰਦਰ ਨੇ, ਇਹਦਾ ਡਾਕਟਰ ਜਿਹੜੇ ਸਾਰਾ ਇਲਮ ਨਹੀਂ ਰੱਖਦੇ, ਇਲਮ ਮੇਰੇ ਅੱਲਾ ਕੋਲ ਹੈ, ਮੇਰਾ ਮਾਲਿਕ ਬਹੁਤ ਬੜਾ ਕਾਦਰ ਰਹੀਮ ਕਰੀਮ ਹੈ, ਉਹਦੇ ਕੋਲ ਇਲਮ ਹੈ। ਇਹ ਜਨਾਬ 7.5-7.5-8 ਮਹੀਨੇ ਦੀ ਹਮਲਾ ਹੈ, ਬਾਕੀ ਪੂਰੀ ਤਸੱਲੀ ਕਰਵਾ ਦਿੰਦੇ ਜੀ ਦੋਨੋਂ ਖਾਨਣ ਮੇਂ।
ਤਸੱਲੀ ਵੀ ਦਿੰਦੇ ਸਾਹਮਣੇ ਹਰ ਸ਼ਹਿਰ ਦੀ ਫਿਜ਼ੀਕਲ ਤੁਸੀਂ ਵੇਖ ਲਈ ਬਿਹਤਰੀਨ ਔਰ ਨਯਾਬ ਚੀਜ਼ਾਂ ਨੇ। ਮਾਲਕ ਨਾਲ ਗੱਲਾਂ ਕਰਨੀਆਂ ਜੀ, ਰੇਟ ਇੰਤਹਾਈ ਮਕੂਲ ਔਰ ਸਸਤੇ, ਦੋਵੇਂ ਜਾਨਵਰ ਵੀ ਦਿੰਦੇ ਸਾਹਮਣੇ ਔਰ ਇਨਸ਼ਾਅੱਲਾ ਤਲੀਆਂ ਵਾਲੇ ਗਰੰਟੀਆਂ ਸਾਡੀਆਂ ਆਉਣਗੀਆਂ ਜਿਹੜੀ ਚੀਜ਼ ਦੱਸਾਂਗੇ। ਥਾਣਾ ਦੀ ਸਾਫ ਵਾਧਾ ਘਾਟਾ ਹੋਵੇ, ਥਾਣਾ ਦੀ ਤਾਰਾਂ ਮਾਰ ਲੈਣੀ ਡੇਢ ਦੋ ਸੌ ਟਾਈਮ ਤੋਂ ਚੁਆਉਣ ਦੀ ਇਹਦਾ ਦਰੋਲਾ ਹੀ ਕੋਈ ਨਹੀਂ। ਛੱਟਾ ਪਾਰਾ ਕੱਢ ਮਰੋੜੀ ਹੋਵੇ ਜਨਾਬ ਤਾਬੇਦਾਰ ਬੈਠੇ, ਬਾਕੀ ਮੈਂ ਪੂਰੀ ਨਸਲੀ ਇਹ ਔਰ ਉਸ ਤੋਂ ਬਾਅਦ ਜਨਾਬ ਇਹ ਨਸਲੀ ਆਓ ਹਾਂ ਭਾਈ ਸਾਹਿਬ ਆਓ। ਅਸਲਾਮ ਜੀ, ਠੰਡਾ ਦੁੱਧ ਜਿਹੜਾ ਇੱਕ ਟਾਈਮ ਦਾ ਤਿੰਨ ਕਿਲੋ ਕੋਈ ਬਿਨਾ ਮੌਕੇ ਦਾ ਚੁਆਈ ਕਰੇ ਖਾਣ ਪਾਸ ਟਾਈਮ ਦੇ ਟਾਈਮ ਠੀਕ ਹੈ। ਜੋਟੀ ਚੋਖੀ ਚੰਗੀ ਜਿਹੜਾ ਬੰਦਾ ਸਮਝਦਾ ਹੈ ਜਵਾਨ, ਮੈਂ 3 ਲੱਖ ਤੇ 10 ਹਜ਼ਾਰ 15 ਹਜ਼ਾਰ ਰੱਖਿਆ 20 ਹਜ਼ਾਰ ਕੋਈ ਬਿਰਾ ਦਾ ਮੌਕੇ ਤੇ ਆਵੇ ਤਸੱਲੀ ਕਰਾਵੇ, ਮੈਂ ਨਿਕਲੇ ਗੱਡ ਦਿਨਾਂ ਦੀ ਮੈਂ ਤਾਂ ਵੀ ਭਰੇ। ਅੱਛਾ ਆਪਾਂ ਲੋਕਾਂ ਤਰ੍ਹਾਂ ਕੰਮ ਨਹੀਂ ਕਰਨਾ, ਅੱਠਾਂ ਦੀ ਗੱਭਣ ਹੋਵੇ ਦੱਸਣੀ ਦਾਂ ਦੀ, ਦਾਂ ਦੀ ਹੋਵੇ ਦੱਸਣੀ 11 ਦੀ, 11 ਦੀ ਦੱਸਣੀ 17 ਦੀ, ਜਾਂ 2 ਮਹੀਨੇ ਦੇ ਹੋਵੇ ਦੱਸਣੀ 4 ਦੀ। ਐਸਾ ਕੰਮ ਆਵੇ ਮੌਕੇ ਦਾ ਆਦਾ ਡਾਕਟਰ ਲਈ ਆਵੇ, ਉਹ ਚੈੱਕ ਕਰਾਵੇ, ਡਾਕਟਰ ਰੱਖ ਕੇ 7 ਮਿੰਟ ਗੱਭਾਂ ਨੇ ਉੱਥੇ ਵੀ ਚੈੱਕ ਕਰਾ ਲੈ, ਉੱਥੇ ਕਰਾ ਲੈ ਠੀਕ ਹੈ, ਵਿਜਾਤ ਕਰਾਵੇ 5-10 ਦਿਨਾਂ ਦਾ ਵਾਧਾ ਘਾਟਾ। ਉਹ ਤਾਂ ਮੁੜ ਡਾਕਟਰ ਕੋ ਹੋ ਜਾਂਦਾ, ਹੁਣ ਕਿਹੜਾ ਬੇਦੇ ਗਿਣ ਤੇ ਹੁੰਦਾ ਉਹ ਦੇ ਗਿਣ ਕੇ ਆਂਦਾ, ਲੇਕਿਨ ਮੈਂ 7 ਤੋਂ ਘੱਟ ਹੋਵੇ ਅਸੀਂ ਉੱਤੇ ਦਸਤੇ ਬੈਠੇ ਲੱਗ ਗਿਆ, ਹਾਂਜੀ 7-7 ਮਹੀਨਿਆਂ ਦੀ ਰੁਪਇਆ ਵੀ ਛੱਡ, ਜੋੜਾ ਕੋ ਲਵੇ ਤੁਸੀਂ ਡਿਸਕਾਊਂਟ ਮੈਂ ਕਰਵਾ ਦਿਆਂਗਾ। ਅੱਛਾ 3.5 ਲੱਖ ਡਿਸਕਾਊਂਟ ਮੈਂ ਕਰਵਾ ਕੇ ਦਿਆਂਗਾ ਜਿਹੜਾ ਮੇਰੇ ਕੋਲ, ਇਹ ਨਾ ਆਕੇ ਜੇ ਕੋਣ ਅਸੀਂ ਫ੍ਰੀ ਹੋ ਜਾ ਸਨ, ਖਸੂਸੀ ਡਿਸਕਾਊਂਟ ਜਿੰਨੀ ਕੋਸ਼ਿਸ਼ ਹੋ ਸਕੀ ਕਰਾਵਾਂਗੇ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ।